ਚੱਲ ਜੀ ਸਾਰੇ ਵੀਰਾਂ ਨੂੰ ਹੋਰ ਕਿੱਦਾਂ ਠੀਕ ਠਾਕ ਆ। ਚੱਲੇ ਸੀਗਾ ਅੱਜ ਚੰਡੀਗੜ੍ਹ ਆਪਣੇ ਬਾਬਾ ਜੀ ਨੂੰ ਚੱਕ ਲਈਏ ਪਿੰਡੋਂ, ਅਤੇ ਆਪਣਾ ਚੰਦਵੀਰ ਸੋਨੂੰ ਬਾਈਕ ਖੜ੍ਹਾ ਹੈ ਬਲਾਚੌਰ ਆ ਕੇ ਜੁੜੇ ਰਹੋ, ਅਤੇ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਲਾਈਕ ਕਰ ਦਿਓ, ਸ਼ੇਅਰ ਸ਼ੁਰੂ ਕਰ ਦਿਆ ਕਰੋ। ਚੰਡੀਗੜ੍ਹ ਆਏ ਸੀਗੇ ਘੁੰਮਣ ਫਿਰਨ, ਬਾਬਾ ਜੀ ਪਾਰਟੀ ਕਰਨ ਲੱਗੇ ਸਾਬੇ 'ਚ ਇੱਥੇ। ਬਾਬਾ ਜੀ ਕਿਆ ਖਿਲਾਉਂਗੇ ਹੁਣ ਤੁਸੀਂ? ਤੁਸੀਂ ਦੱਸੋ ਕਿਆ ਖਾਣਾ? ਜੋ ਤੁਸੀਂ ਖਿਲਾ ਦੇਣਾ ਪੱਛਾ ਕਰ ਲੈਣਾ ਬਾਬਾ ਜੀ। ਕੋਈ ਹੈਲਦੀ ਚੀਜ਼ ਖਿਲਾਵਾਂਗੇ ਤੁਹਾਨੂੰ। ਹੈਲਦੀ ਚੀਜ਼ ਖਾਣਾ ਬਾਬਾ ਜੀ ਦੇ ਪਸੰਦ ਦੀ ਅੱਜ ਖਾਣੀ ਆ। ਅੱਜ ਬਾਬਾ ਜੀ ਦੀ ਪਸੰਦ ਦੀ ਆਪਾਂ ਨਹੀਂ, ਮੈਂ ਤੁਹਾਨੂੰ ਆਫਰ ਕੀਤੀ ਸੀ ਪਹਿਲਾਂ, ਦੇਖ ਲਓ ਚਿਕਨ ਦੀ ਵੀ ਕਰਤੀ ਆਫਰ, ਸਭ ਕਾਹੇ ਦੀ ਕਰ ਲਈ। ਚਿਕਨ ਯਾਰ ਇਹਨੂੰ ਮੌਸਮ ਭਾਜੀ ਗਰਮ ਜਿਹਾ ਹੈ, ਚਿਕਨ ਖਾਣ ਨੂੰ ਦਿਲ ਨਹੀਂ ਕਰਦਾ। ਤੁਸੀਂ ਵੀ ਮੰਨੇ ਨਹੀਂ ਅੱਜ ਤੁਹਾਡੇ ਮਨਪਸੰਦ ਦੀ ਚੀਜ਼ ਖਾਣੀ, ਜੋ ਤੁਸੀਂ ਕਹਿਤਾ ਉਹ ਖਾਣਾ। ਠੀਕ ਹੈ ਚਲੋ ਪੁਰਾਣੇ ਰੈਡੀ ਜਾ ਕੇ ਚਲੋ ਸੋਨੂੰ ਭਾਜੀ ਚੱਲੀਏ ਪਏ। ਚਲੋ ਜੀ ਚਲੋ ਆਰਡਰ ਕਰਦੇ ਆ, ਕਰੋ ਆਰਡਰ। ਬਾਬਾ ਜੀ ਸਾਡੇ ਨਵੀਆਂ ਨਵੀਆਂ ਕਾਢਾਂ ਕੱਢਦੇ ਆ। ਬਾਬਾ ਜੀ ਕਿਆ ਖਿਲਾਤਾ ਇਹਨੂੰ? ਇਹ ਟੇਸਟੀ ਆ, ਟੇਸਟੀ ਆ। ਤੁਸੀਂ ਚੀਜ਼ ਖਾਓ ਕਹਿੰਦੇ ਆ ਜੀ। ਸਕੂਨ ਆ, ਹੈਲਦੀ ਸਕੂਨ। ਦੋ ਗੱਲ ਨੇ, ਚਲੋ ਐਕਸਟਰਾ ਸਕੂਨ ਵੀ ਆ। ਬਹੁਤ ਆ ਚੰਡੀਗੜ੍ਹ ਚ ਕਹਿੰਦੇ ਮੇਰੇ ਵੀਰੋ, ਜੈ ਜੈ ਕਾਰ ਹੋਈ ਪਈ ਕਾਰ ਬਾਬਾ ਜੀ। ਮੌਸਮ ਕਿੰਨਾ ਘੈਂਟ ਬਣ ਗਿਆ, ਪੂਰਾ ਐਨ ਚਿੱਲ, ਠੰਡਾ ਠੰਡਾ, ਕੂਲ ਕੂਲ, ਗਰਮੀ ਵਾਹਵਾ ਹੋਈ ਪਈ ਸੀ ਵਾਹਵਾ। ਮਾਲਵੇ ਵਾਲੀ ਬੋਲੀ ਬੋਲੀਏ, ਦੁਆਬੇ ਵਾਲੀ ਮੀਂਹ ਮੈਨੂੰ ਲੱਗਦਾ ਬਈ 70% ਤਾਂ ਪਊਗਾ। ਮੀਂਹ ਪੂਰਾ ਲੱਗ ਰਿਹਾ ਹੈ ਬਾਈਪਾਸ ਰੁਕਦੇ ਹੁਣ, ਏਦਾਂ ਦੇ ਠੰਡੇ ਮੌਸਮ ਚ ਚਾਹ ਹੋ ਜਾਏ। ਹਾਂ ਉੱਥੇ ਪੀਨੇ ਭਾਈ। ਦੱਸਾਂ ਗਾਈਸ ਯਾਰ, ਗੁੱਸਾ ਵੀ ਨਾ ਕਰਿਓ, ਕਿੰਨੇ ਦਿਨ ਹੋ ਗਏ ਬਲੌਗ ਪਿਆ ਨੀ, ਕਿਉਂਕਿ ਸਿੱਧੂ ਬਾਈ ਦੀ ਨਾ ਗੱਲ ਜਿਹਨੂੰ ਕਹਿੰਦੇ ਦਿਲ ਤੇ ਲੱਗ ਗਈ, ਮੇਰਾ ਮਨ ਅੱਕ ਗਿਆ ਬਲੌਗ ਪਾਉਣ ਤੋਂ। ਮੈਂ ਇਹਨੂੰ ਅੱਜ 20 ਦਿਨ ਹੋ ਗਏ ਬਲੌਗ ਨਹੀਂ ਪਾਇਆ, ਨਾ ਸ਼ੂਟ ਕਰਨ ਦਾ ਨਾ ਦਿਲ ਕਰਦਾ, ਇੰਨਾ ਕੁ ਮਨ ਟੁੱਟ ਗਿਆ ਨਾ ਬਾਈ ਸਿੱਧੂ ਕਰਕੇ। ਹਾਲਾਂਕਿ ਉਸ ਟਾਈਮ ਉਹਦੇ ਇੰਨੇ ਗਾਣੇ ਵੀ ਸੁਣਦੇ ਸੀਗੇ, ਜਿਹੜੇ ਉੱਦਾਂ ਨਹੀਂ ਸੁਣਦੇ ਜਿੱਦਾਂ ਸੁਣ ਲੈਂਦੇ ਸੀਗੇ, ਪਰ ਦੁੱਖ ਇੰਨਾ ਕੁ ਲੱਗਿਆ ਨਾ, ਦਿਮਾਗ ਸੁੰਨ ਹੋਇਆ ਪਿਆ। ਜਿੱਦਾਂ ਕੋਈ ਆਪਣਾ ਸਗਾ ਇੱਦਾਂ ਹੋ ਜਾਂਦਾ ਨਾ, ਇੰਨਾ ਜਾਣੀ ਮਨ ਟੁੱਟਿਆ ਪਿਆ। ਬਹੁਤ ਸਹੀ ਗੱਲ ਹੈ, ਮੇਰਾ ਬਹੁਤ ਭਾਜੀ, ਦੋ ਚਾਰ ਮੈਨੂੰ ਭੁੱਲਦਾ ਹੀ ਨਹੀਂ, ਯਾਦ ਨਹੀਂ ਰਹਿੰਦਾ। ਕਰਨ ਔਜਲਾ ਨਾ ਬਸ ਸੁਣਦਾ, ਹਾਂ ਮੈਂ ਵੀ ਕਰਨ ਔਜਲਾ ਦੇ ਗਾਣੇ ਸੁਣਦਾ ਸੀਗਾ, ਪਰ ਜੋ ਬੰਦਾ ਸੀ ਨਾ ਭਾਜੀ, ਉਹ ਮਾਰਦੇ ਨਾ ਯਾਰ, ਲੱਤਾਂ ਮਾਂ ਤੋੜਦਾ ਵੀ ਜਲੀਲ ਕਰਦਾ ਸੀਗਾ, ਪਰ ਇਹ ਤਾਂ ਸੋਚ ਲੈਂਦੇ ਸੀਗਾ। ਚੱਲਦੀ ਨਾ ਗੱਡੀ ਕੁੜੀਏ, ਦੇਖੀਏ ਗੱਡੀ ਤਾਂ ਚੱਲਦੀ ਆ, ਗੱਡੀ ਚੱਲਦੀ ਆ।
ਆਪਣੇ ਬਲਾ ਚੌਰ ਤਹਿਸੀਲ ਦੇ ਬੰਦਿਆਂ ਦਾ ਢਾਬਾ ਚਾਹ ਚੂ ਬੜੀ ਘੈਂਟ ਹੈ ਬਾਕੀ ਇਹਨਾਂ ਦੀ ਨਾ ਹਰੇਕ ਚੀਜ਼ ਟੇਸਟੀ ਆ ਸਾਹਿਬ ਢਾਬਾ ਗਰੰਟੀ ਪੁੱਛ ਲੈ ਪਹਿਲਾਂ ਗਰੰਟੀ ਭਾਈ ਗਰੰਟੀ ਨਹੀਂ ਲੈਣੀ ਗਰੰਟੀ ਨਹੀਂ ਕੱਪੜਾ ਭਾਈ ਬੈਸਟ ਆ ਸੱਚੀ ਮੈਂ ਕਿੰਨਾ ਟਾਈਮ ਹੋ ਗਿਆ ਮੇਰੇ ਕੋਲ ਕਿਸੇ ਟੀ ਸ਼ਰਟ ਦਾ ਕਲਰ ਨਹੀਂ ਖਰਾਬ ਹੋਇਆ ਕਿਸੇ ਪੈਂਟ ਦਾ ਨਹੀਂ ਕਲਰ ਖਰਾਬ ਹੋਇਆ ਇਹ ਕਹੇ ਪਿੱਠ ਸੁਣਦੀ ਭਾਈ ਖਰਾਬ ਹੋ ਗਿਆ ਆਪਾਂ ਕਰਿਆਨੇ ਸਮਾਨ ਦੁਕਾਨ ਪਰ ਉਹਨੇ ਲੈ ਜਾਣਾ ਨਹੀਂ ਆਪਣੇ ਟੋਡੇ ਕਲੈਕਸ਼ਨ ਦਾ ਕੱਪੜਾ ਭਾਈ ਬਹੁਤ ਘੈਂਟ ਆ ਆਹ ਕਲਰ ਲੈ ਤਾ ਵੀ ਆ ਮਰੇ ਬਾਬਾ ਦੱਸੋ ਕਿਹੜਾ ਕਲਰ ਹੁਣ ਸਿਲੈਕਟ ਕਰੀਏ ਕਲਰ ਹਲੇ ਹੋਰ ਦਿਖਾ ਲੈਣੇ ਕਾਲੀ ਨਾ ਦਿਖਾ ਲਈ ਕਾਲੀਆਂ ਮੇਰੇ ਕੋ ਬਹੁਤ ਗ੍ਰੇ ਲੈਣੀ ਗ੍ਰੇ ਦਿਖਾ ਲਈ ਵਧੀਆ ਯਾਰ ਮੈਂ ਨਹੀਂ ਦਿਖਾਈ ਇਹ ਚੋਂ ਹੈ ਐਮ ਵੀ ਉਹ ਐਮ ਵੀ ਦੇ ਕਿਹੜੀ ਦਿਖਾਣੀ ਭਾਈ ਕਿਹੜੀ ਐਮ ਸਾਈਜ਼ ਭਾਈ ਕਹਿੰਦੇ ਐਮ ਸਾਈਜ਼ ਇਹ ਹੈ ਵੱਡੇ ਆ ਮੇਰੇ ਕੋਲ ਐਲ ਵੀ ਇਹ ਪਾ ਕੇ ਦੇ ਦੇ ਆ ਨਹੀਂ ਨਾ ਉਹ ਗੇ ਰਹੀ ਕਰੇ ਨਾ ਬੰਦ ਆ ਜਣੀ ਆ ਰਹੀ ਤੇ ਲੱਗ ਲੈ ਦਿਖਾਣਾ ਉਹਨਾਂ ਦੇ ਨਾਲ ਹੈ ਇਹਦੇ ਐਲ ਦੇ ਬਰਾਬਰ ਹੈ ਆਹੋ ਹੋਰ ਬਰਾਬਰ ਆ ਦੇਖ ਪਰਫਿਊਮ ਭਾਈ ਉਹਨਾਂ ਡਬਈ ਦਾ ਮਗਾਇਆ ਬਹੁਤ ਘੈਂਟ ਘੈਂਟ ਪਰਫਿਊਮ ਹੈ ਸਾਰੇ ਬੋਡੀ ਸਪਰੇ ਇਹਦੇ ਨਾਲ ਲਾ ਕੇ ਦਿਖਾ ਦੇ ਆਪਾਂ ਲਏ ਹੁਣ ਦੋ ਤੇ ਬੜੀ ਘੈਂਟ ਸਪਰੇ ਆ ਇਹਨਾਂ ਵਾਲੇ ਤਾਂ ਫਰਕ ਕਿਆ ਹੈ ਸੇਦ ਟੀ ਸ਼ਰਟ ਆ ਜੱਜ ਵੀ ਆ ਪੱਗਾਂ ਤੇ ਨਾ ਪਾਉਣਾ ਚੱਲ ਲੈਣਾ ਹਾਂ ਮੈਂ ਕਰ ਰਿਹਾ ਇੱਕ ਇਹ ਫਿਰ ਆ ਵੀ ਕਿ ਮਰਜ਼ੀ ਦਾ ਕਲਰ ਪਾ ਲਈ ਹਾਂ ਜੱਜ ਦਾ ਲਾਲ ਬਣ ਪੀਲੀ ਬਣ ਹਰੀ ਬਣ ਜਿਹੜੀ ਮਰਜ਼ੀ ਨਾ ਘੈਂਟ ਆ ਬੱਬਾ ਘੈਂਟ ਆ ਵੀ ਚੱਕਦਾ ਨੀ ਹੁੰਦੀ ਉਹ ਟੁੱਟੀ ਝੇੜ ਦਾ ਉਹਦੀ ਝੇੜ ਦਾ ਚੱਕ ਹੋਣਾ ਭਾਈ ਉਹਨੇ ਕਿਹਾ ਚੱਕ ਤਾਂ ਨੀ ਹੁੰਦੀ ਭਾਜੀ ਚੱਕ ਤਾਂ ਨੀ ਹੁੰਦੀ ਚੱਕ ਹੁੰਦੀ ਕਿ ਚੱਕ ਹੁੰਦੀ ਕੁੜਤੇ ਬਾਹਰ ਨੂੰ ਕਿਉਂ ਨੀ ਕੁੜਤੇ ਦਾ ਪੱਲਾ ਉਹ ਕੁੜਤੇ ਸੀਗਾ ਥੋੜੇ ਮਾਡੀ ਵਾਲੇ ਉਹ ਢਿੱਡ ਭਰੋਏ ਸਿਰਾ ਹੈ ਸਾਡਾ ਜਸਵੀਰ ਸਿੰਘ ਸਿਰਾ ਸਰਪੰਚ ਸਾਹਿਬ ਸਰਪੰਚ ਸਾਹਿਬ ਪਰ ਬੰਦਾ ਹੀਰਾ ਗੋਡਾ ਯਾਰਾਂ ਦਾ ਯਾਰ ਬਾਕੀ ਸਿਆਲ ਦਾ ਸਮਾਨ ਵੀ ਪਿਆ ਤੁਸੀਂ ਗਰਮੀਆਂ ਚ ਗਰਮ ਕੱਪੜੇ ਵੀ ਲੈ ਸਕਦੇ ਆ ਟੂਡੇ ਕਲੈਕਸ਼ਨ ਆਪਣੇ ਭੱਦੀ ਰੋਡ ਦੇ ਉੱਪਰ ਪਜਾਮੇ ਪਜੂਮੇ ਪੈਂਟਾਂ ਬਾਈ ਉਹਨਾਂ ਕੋਲ ਸਾਰਾ ਕੁਛ ਹੈ ਨੇ ਉਹਨਾਂ ਕੋਲ ਕੱਪੜਾ ਖਰਾਬ ਨੀ ਹੁੰਦਾ ਮੈਨੂੰ ਖੁਦ 4-5 ਸਾਲ ਹੋ ਗਏ ਕੱਪੜੇ ਲੈਂਦੇ ਨੂੰ ਆਹ ਟੀ ਸ਼ਰਟ ਵੀ ਇਹਨਾਂ ਦੀ ਪਾਈ ਹੋਈ ਆ ਆਹ ਪਜਾਮਾ ਵੀ ਔਰ ਕਿਸੇ ਕੱਪੜੇ ਦਾ ਕਲਰ ਨਹੀਂ ਖਰਾਬ ਹੁੰਦਾ ਬੈਸਟ ਕੱਪੜਾ ਅਗਰ ਹੋ ਵੀ ਜਾਵੇ ਤਾਂ ਗਰੰਟੀ ਹੁੰਦੀ ਆ ਇੱਥੇ ਸਿੱਟ ਜਾਓ ਆਪਣਾ ਪੀਸ ਨਵਾਂ ਲੈ ਜਾਓ ਅਤੇ ਰੌਣਕੀ ਵੀ ਬਾਈ ਹੁਣੇ ਪੂਰੇ ਆ ਹਾਸੇ ਮਜ਼ਾਕ ਵਾਲੇ ਆ ਬਰਸਾਤ ਵਾਲਾ ਮੌਸਮ ਬਣਿਆ ਪਿਆ ਮੀਂਹ ਇੰਨਾ ਕੁ ਪਿਆ ਨਹਿਰ ਪਾਣੀ ਕੰਢੇ ਟੱਪ ਨੂੰ ਫਿਰਦੀ ਆ ਆਪਣੇ ਜਿਹੜੀ ਰੋਪੜ ਤੋਂ ਆਉਂਦੀ ਆ ਆਪਣੇ ਨਾਲ ਨਾਲ ਮਾਂਡ ਏਰੀਏ ਨੂੰ ਨਹਿਰ ਆ ਇਹ ਲੋਟਾਂ ਪੁਲ ਦੇ ਉੱਪਰ ਖੜ੍ਹੇ ਆਪਾਂ ਅਤੇ ਨਹਿਰ ਪਾਣੀ ਦੇਖੋ ਅਸੀਂ ਇੰਨਾ ਮੀਂਹ ਪੈ ਗਿਆ ਭਾਜੀ ਉੱਪਰੋਂ ਛੱਡਿਆ ਹੋਊਗਾ ਪਾਣੀ ਹੈ ਪਾਣੀ ਪਹਿਲੀ ਵਾਰ ਦੇਖਿਆ ਚਾਰ ਉਂਗਲਾਂ ਰਹਿ ਗਿਆ ਟੱਪਣ ਨੂੰ ਪਾਣੀ ਵਾਈਪਰ ਤੋੜ ਲਏ ਸੀ ਆਪਣੇ ਪਿੱਛੇ ਵਾਲੇ ਜਿਹੜੇ ਸ਼ੀਸ਼ਾ ਵਾਸ਼ ਕਰਦੇ ਹੁੰਦੇ ਆ ਫੋਰਚੂਨਰ ਵਾਲੇ ਆਪਾਂ ਪਵਾਏ ਸੀਗੇ ਅਤੇ ਹੁਣ ਵਾਈਪਰ ਪਾਉਣ ਚੱਲੇ ਹਾਂ ਆਪਣੇ ਬੜਾ ਚੌਰ ਦਿੱਲੀ ਵਾਲਾ ਆਪਣੇ ਸਲਮ ਮਾਰਕੀਟ ਦੇ ਵਿੱਚ ਇੱਕ ਕਰੋਮ ਵਾਲੀ ਗ੍ਰਿੱਲ ਪਾਉਣੀ ਹੈ ਮੋਹਰੇ ਫਰੰਟ 'ਤੇ ਇਨੋਵਾ ਆਪਣੇ ਵਾਲੀ ਨੂੰ ਅਤੇ ਆਪਣਾ ਵੀਰ ਪਿੱਛੇ ਆ ਰਿਹਾ ਸੋਨੂ ਚੰਦ ਉਹਦੇ ਵਾਈਪਰ ਪਾਉਣਾ ਫੋਰਚੂਨਰ ਵਾਲਾ ਅਤੇ ਉੱਥੇ ਜਾ ਕੇ ਮਿਲਦੇ ਹਾਂ ਨਾਲੇ ਵੀਰ ਕੋ ਸੀੜੀਆਂ ਵੀ ਹੈਗੀਆਂ ਮੈਕਸ ਦੀ ਕ੍ਰੋਸ ਲਿੰਕ ਦੀ ਉਹਨਾਂ ਨਾਲ ਗੱਲ ਕਰਦੇ ਵੀ ਕਿੰਨੇ ਲਾਊਗਾ ਦੋ ਸੀੜੀਆਂ ਲਾਉਣੀਆਂ ਆਪਣੇ ਘਟਿਓ ਚਲਾਉਣੀਆਂ ਇੱਕ ਇਨੋਵਾ ਚਲਾਉਣੀ ਆ ਪਹੁੰਚ ਗਏ ਆ ਪਿੰਡ ਪਨਿਆਲੀ ਸਾਹਮਣੇ ਆ ਗਿਆ ਬੱਚੂਆ ਟੋਲ ਪਲਾਜ਼ਾ ਉਹ ਲਈਏ ਹੁਣ ਬਚਾ ਸਾਈਡ ਤੋਂ ਗੱਡੀ ਲਈਏ ਭਾਅ ਜੀ ਘੁੰਮਾ ਅਤੇ ਇੱਥੇ ਆਪਣਾ ਜਿਹੜਾ ਬੱਚੂਆ ਟੋਲ ਪਲਾਜ਼ਾ ਇੱਥੇ ਨਾ ਆਪਣੇ ਬਾਬਾ ਬਬਲੀ ਹਰ ਟਾਈਮ ਲੰਗਰ ਚੱਲਦਾ ਹੀ ਰਹਿੰਦਾ 24 ਘੰਟੇ ਪਿੱਛੇ ਤਾਂ ਬਦਾਮ ਕਾਜੂ ਦਾ ਲੰਗਰ ਭਾਈ ਰਸ ਦਾ ਲੰਗਰ ਹੈ ਨਾ ਬੱਛੂਆਂ ਬਾਬੇ ਬਬਲੀ ਜੀ ਦਾ ਲੰਗਰ ਚੱਲਦਾ ਹੈ ਬਾਬਾ ਜਗਤ ਰਾਮ ਦੀ ਜਗ੍ਹਾ ਹੈ ਆਪਾਂ ਛੋਟੇ ਹੁੰਦੇ ਜਾਂਦਾ ਭਾਈ ਉੱਥੇ ਰਸ ਕਦੇ ਬਦਾਮ ਕਦੇ ਕਾਜੂ ਕਹਿੰਦੇ ਤੇਰੇ 20 ਰੁਪਏ ਦਾ ਲੰਗਰ ਅੱਜ ਵੀ ਚੱਲਦਾ ਹੈ ਬਾਬਾ
ਉਹ ਹਰ ਇੱਥੇ ਚੱਲਦਾ ਰਹਿੰਦਾ ਪਰਾਲੀ ਟੋਲ ਪਲਾਜ਼ਾ ਤੇ ਮਗਰ ਆਪਣਾ ਢਿੱਲੋਂ ਬਾਈ ਖੜਾ ਹੈ ਢਿੱਲੋਂ 30-60 ਵਾਲਾ ਕਿ ਰੋਡ ਨਾਲ ਆਪਣੇ ਬਣ ਗਏ ਸਾਰੇ ਵਧੀਆ ਇੱਕ ਸੜਕ 'ਤੇ ਆ ਬੂਟੇ ਬਾਟੇ ਨਵੇਂ ਲਾ ਦਿੱਤੇ ਨੇ ਕਿਉਂਕਿ ਪਹਿਲਾਂ ਬਹੁਤ ਪੈਦਾ ਸੀਗਾ ਸਾਰਾ ਵੱਢਦਾ ਛਾਂ ਚੱਲ ਗਈ ਸੀ ਹੁਣ ਦੌਰਾ ਲਾ ਦਿੱਤੇ ਹਰਿਆਲੀ ਸੋਹਣੀ ਬਹੁਤ ਲੱਗਦੀ ਬੜੀ ਘੈਂਟ ਲੱਗਦੀ ਹੈ ਹਰਿਆਲੀ ਜਾਂ ਰੋਡ ਦੇ ਉੱਪਰ ਇੱਦਾਂ ਬੂਟੇ ਬਾਟੇ ਨਾ ਪਹਿਲਾਂ ਛਾਂ ਹੁੰਦੀ ਸੀ ਜਾਂ ਵੀ ਆਪਾਂ ਕਿਤੇ ਆਉਣਾ ਮੋਟਰਸਾਈਕਲਾਂ 'ਤੇ ਨਾ ਤਾਂ ਸ਼ਾਮੇ ਰੁਕ ਜਾਣਾ ਅੱਧਾ ਘੰਟਾ ਘੰਟਾ ਰੈਸਟ ਵੀ ਕਰ ਲੈਣੀ ਇੱਥੋਂ ਰੁਕ ਕੇ ਨਾ ਆਰਾਮ ਕਰ ਲੈਣਾ ਹੁਣ ਤਾਂ ਕਦੇ ਛਾਂ ਹੀ ਨਹੀਂ ਰਹੀ ਤਾਂ ਕਰਕੇ ਯਾਰ ਬੂਟੇ ਜ਼ਰੂਰੀ ਆ ਭਾਅ ਜੀ ਬੂਟੇ ਸਾਨੂੰ ਲਾਉਣੇ ਚਾਹੀਦੇ ਜਿੰਨਾ ਆਪਾਂ ਬੂਟੇ ਲਾਓਗੇ ਵਧੀਆ ਉਨਾ ਸਾਡਾ ਵਾਤਾਵਰਨ ਸਾਫ਼ ਹੋਊਗਾ ਵਧੀਆ ਤਾਂ ਬੂਟੇ ਯਾਰ ਜ਼ਰੂਰ ਲਾਓ ਸਾਰੇ ਜਣੇ ਨੇ ਬੂਟੇ ਜ਼ਰੂਰ ਲਾਓ ਇਸ਼ਕ ਜਗਾਉਂਦਾ ਦੀਪਾ ਭਰਾ ਸਾਡਾ ਪੂਰਾ ਐਨ ਫੀਲਿੰਗ ਵਾਹ 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 ਕਿਆ ਬਾਤ ਹੈ ਪੂਰਾ ਇਸ਼ਕ ਜਗਾਉਂਦਾ ਮੁੰਡਾ ਸਾਡਾ ਹੈ ਜੀ ਦੀਪਾ ਆਪਣਾ ਜੈਲਰ ਭਰਾ ਪੂਰੀ ਐਨ ਜਾਇਜ਼ਾ ਕਾਰ ਕਰਾਤੀ ਬਾਬੇ ਹੁਣ ਐਸਟਰ 'ਚ ਵੀ ਲਾਉਣੀ ਆ ਅਤੇ ਚਾਰੇ ਚੱਕਿਆਂ 'ਚ ਦੋ ਦੋ ਲੱਟਾਂ ਲਾਉਣ ਲੱਗਿਆ ਵੀਰ ਸਾਡਾ ਅਤੇ ਪੂਰੀ ਐਂਡ ਕਰਾਉਂਦਾ ਸਾਹਮਣੇ ਸ਼ੋਪ ਆ ਬਾਈ ਦੀ ਲੱਗਿਆ ਸਾਡਾ ਬਾਈ ਸਾਈਨ ਕਰਨ ਸਿਰਾ ਲਾਈ ਪਏ ਜਸਵੀਰ ਸਿੰਘ ਨੇ ਸਾਡੇ ਬਾਈ ਨੇ ਬਾਈ ਕੋ ਦੇਖ ਲੋ ਆਹ ਫੋਨ ਆ ਬਾਈ ਭਾਜੀ ਕਿੱਦਾਂ ਖੁਸ਼ੀ ਹੋ ਰਹੀ ਹੈ ਫੋਨ ਦੀ ਕਿੰਨੀ ਖੁਸ਼ੀ 24-25 ਰੁਪਏ ਲਾ ਕੇ ਖੁਸ਼ੀ ਹੋ ਰਹੀ ਨਹੀਂ 400 ਦਾ ਆਹ ਕਾਹਨੂੰ ਯਾਰ ਗੱਪਾਂ ਮਾਰੀ ਜਾਂਦੇ ਇੰਨਾ ਇੰਨਾ ਮਹਿੰਗਾ ਅਸੀਂ ਫੋਨ ਲਿਆ ਯਾਰ ਕਾਹਨੂੰ ਭਾਈ ਇੱਦਾਂ ਕਰਦੇ ਰਹਿੰਦੇ ਹਾਂ ਉਹ ਪਾਲਟੀ ਕਿਆ ਕਰਨੀ ਪਾਲਟੀ ਕਾਹਦੀ ਕਰਨੀ ਪਾਲਟੀ ਕਾਹਦੀ ਕਰਨੀ ਹੈਂ 400 ਦਾ ਕਿਹੜਾ ਫੋਨ ਆਹ ਫੋਨ ਆ ਤੁਹਾਡਾ ਆਹ ਫੋਨ ਲਿਆ ਬਾਈ ਨੇ ਕਹਿੰਦਾ ਸੈਮਸੰਗ ਦਾ ਭਾਈ ਗੱਪਾਂ ਬਹੁਤ ਮਾਰਦਾ ਪਾਲਟੀ ਮਾਰਾ ਮੁੱਕਰਦਾ ਪਰ ਪਾਲਟੀ ਹੁਣ ਇਸ ਬੰਦੇ ਤੋਂ ਆਪਾਂ ਲੈਣੀ ਹੈ ਜਾਣ ਆਪਾਂ ਦੇਣਾ ਇੰਨਾ ਪਾਣੀ ਪੀ ਲੈਣਾ ਸਰਦਾਰ ਜੀ ਆਹ ਵਾਲੇ ਪੀ ਲਓ ਆਪਣੇ ਸੋਹਣ ਫਲ ਵਾਲੇ ਭਾਜੀ ਹੁਣੀ ਸਾਡੀ ਸੇਵਾ ਬਹੁਤ ਕਰ ਰਹੇ ਆ ਆਪਾਂ ਇਹਨਾਂ ਕੋਲ ਸਮਾਨ ਲਈ ਦਾ ਪਾਣੀ ਪੀਓ ਸਾਡੇ ਭਰਾ ਨੇ ਸੈਮਸੰਗ ਦਾ ਅਤੇ 24,000 ਦਾ ਮਾਡਲ ਹੈ ਘੈਂਟ ਆ ਫੋਨ 6/128 GB ਫੋਨ ਆ ਹੁਣ ਆਈ ਸਮਾਈਲ ਪਹਿਲਾਂ ਜਮੇ ਲੱਸੀ ਕੀਤੀ ਪਈ ਸੀ ਪਹਿਲੇ ਵਾਲਾ ਫੋਨ ਕਿੱਥੇ ਆ ਪਹਿਲੇ ਵਾਲਾ ਕਿੱਥੇ ਆ ਇਹ ਪੁਰਾਣਾ ਜਿਹੜਾ ਪੁਰਾਣਾ ਤੁਹਾਡਾ ਉਹ ਕਿੱਥੇ ਆ ਪੁਰਾਣਾ ਫੋਨ ਵੀ ਦਿਖਾ ਦਿਓ ਮਾੜਾ ਜਿਹਾ ਆਹ ਪੁਰਾਣਾ ਫੋਨ ਸੀ ਬਾਈ ਦਾ ਬਾਈ ਨੇ ਜਮੇ ਜਲੂਸ ਕੱਢਿਆ ਹੋਇਆ ਹੁਣ ਉਹ ਨਵਾਂ ਸੈਮਸੰਗ ਦੇ ਦਿੱਤਾ ਸਾਨੂੰ ਵੀਰ ਨੇ